खाली सारे ਇਹ ਰੋਸ ਸੱਤ ਲਗਾ ਲਈਏ ਬਹਾਲ ਨਹੀਂ ਨਹੀਂ ਰਹਿਣ ਦੇ ਰਹਿਣ ਇਹਨਾਂ ਦੇ ਅੱਡੇ ਦੇ ਫੁਕ ਰਹੀ ਹੈ ਇਹਨਾਂ ਦਾ ਕੀ ਆ ਚਾਈਨਾ ਦੇ ਅੰਬ ਲੱਗੇ ਚਾਈਨਾ ਦੇ ਅੰਬ ਜੱਟਾਂ ਦੇ ਪੋਤੇ ਹਣਾ ਵੀ ਐਡੀ ਕਿਹੜੀ ਗੱਲ ਆ ਉਹ ਪੀਨੇ ਆ ਤੇ ਪੀਨੇ ਆ ਨਹੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਾਏ ਭਾਈ ਕਹਿੰਦੇ ਮੇਰਾ ਆਪਣਾ ਚੈਨਲ ਗਗਨ ਲਾਲੀ ਅਫੀਸ਼ੀਅਲ YouTube ਚੈਨਲ ਹੈ ਜਦੋਂ ਸ਼ੁਰੂ ਹੋ ਗਿਆ ਨਾ ਤੇਰਾ ਪੱਠਾ ਬੈਣਾ ਪਾਪਾ ਕਹਿੰਦੇ ਵਲੌਗ ਮੇਰੇ ਕਰਕੇ ਚੱਲਦੇ ਵਲੌਗਰ ਮੈਂ ਬਣਨਾ ਹੈਲੋ ਭਾਈ ਦਾ ਹੈਗਾ ਚੈਨਲ ਡਿਊਟੀ ਕਰੋ ਮੇਰਾ ਚੈਨਲ ਹੈਗਾ ਬਸ ਐਮੀ ਵੀਰਕ ਵੀ ਲਾਈਕ ਕਰਦਾ ਯਾਰ ਦੱਸ ਭਾਈ ਦੱਸੋ ਯਾਰ ਮੈਨੂੰ ਕੀ ਪਤਾ ਯਾਰ ਮੈਨੂੰ ਵੀ ਪਤਾ ਹੈਗਾ ਇਹ ਬੰਦਾ ਤੇ ਰਾਜਾ ਫਿਰ ਆ ਸੱਚੀ ਹੈ ਫੀਲਾ ਵਲੌਗ ਰਾਜੇ ਨੇ ਚੱਲ ਜਾਣਾ ਤੇ ਸਾਰਾ ਪਰਿਵਾਰ ਆਇਆ ਰਾਜੇ ਨੂੰ ਸੀ ਆਫ ਕਰਨ ਆਏ ਆ ਹੋਰ ਰਾਜੇ ਕੀ ਆ ਮਿਲਣਾ ਹੈ ਕਿ ਰਾਜੇ ਨੂੰ ਇਹਦੇ ਨਾਲੋਂ ਜ਼ਿਆਦਾ ਮੈਨੂੰ ਘਾਟਾ ਪੈਣਾ ਕਿੱਡਾ ਮੈਂ ਵਲੌਗ ਬਣਾਉਣਾ ਸ਼ੁਰੂ ਕੀਤਾ ਤੇ ਮੰਮਾ ਨੇ ਪੈਸੇ ਕੱਢ ਲਏ ਕਿ ਮੈਂ ਵੀਡੀਓ 'ਚ ਪੈਸੇ ਦਊਂਗੀ ਜੋ ਉੱਥੋਂ ਪਹਿਲਾਂ ਪੈਸੇ ਨਹੀਂ ਦਿੱਤੇ ਕਿੱਡਾ ਸ਼ੋਅ ਆਫ ਕਰਕੇ ਪੈਸੇ ਦਿੱਤੇ ਸ਼ੋਅ ਆਫ ਕਰਕੇ तू गड्डी सीख ला नहीं देर मैं कट कर देना जिन्ना चिर तू इत्थे मैं नहीं सीखनी तेरा तो कट कर ਕੋਈ ਨਹੀਂ ਤੇ ਮੈਂ ਸਾਈਕਲ ਤੇ ਜਾਇਆ ਕਰੂੰ ਮੈਂ ਤਾਂ ਆਪ ਮੈਨੇਜਰ ਚੇਂਜ ਕਰ ਦੇਣਾ ਉਹਨੂੰ ਰਾਜੇ ਤੋਂ ਕਿੰਨੇ ਇਹ ਚਲਾ ਲੈਂਦਾ ਇਹ ਪਹਿਲਾਂ ਸਿੱਖਦਾ ਤਾਂ ਹੈਗਾ ਇਹ ਓਏ ਇਹਦੇ ਦਾ ਭਰਾਵਾ ਗਾਲਾਂ ਪਰ ਗੱਲ ਕਰਦਾ ਐਵੇਂ ਤੇ ਤੂੰ ਸਿੱਖਣੀ ਨਹੀਂ ਕੁੱਤੇ ਵਾਂਗੂ ਪੈ ਜਾਂਦਾ ਤੈਨੂੰ ਸਿੱਖਣੀ ਨਹੀਂ ਤੂੰ ਇਦਾਂ ਮੈਂ ਨਹੀਂ ਸਿੱਖਣੀ ਰਾਜੇ ਤੂੰ ਸਿੱਖੀ ਕਿ ਨਹੀਂ ਸਿੱਖੀ ਰਾਜੇ ਦੀ ਗਿੱਚੀ ਵੀ ਲਾ ਲਈ ਨਾ ਤੈਨੂੰ ਤੇ ਸਿੱਖ ਕੀ ਕਿ ਨਹੀਂ ਪ੍ਰੀਤ ਕੋਲੋਂ ਸਿੱਖੀ ਇਹਦੇ ਕੋਲ ਕੋਈ ਸਿੱਖ ਉਹ ਮੈਂ ਵੀ ਨਾਲ ਹੀ ਪੁੱਛੋ ਓਏ ਹਲੋ ਇੱਧਰ ਮੈਂ ਵੀ ਨਾਲ ਹੀ अगे तो गड्डिया दूजिया चलानिया राजे दी आ गई सवेरे 5 बजे बस फिर 2 मिनट पहले बाहर जाना उ 12 घंटे स्टे आई थी दो चार दराम ले कहिंदा डालर ही चलने डालर ते चलने यूरो चलो चलो थले जाओ गल कर सारे रात दी बज गई है 2 ते साफी गया है 100 ते गया इन जाना राज नु चढ़ाउण ते मैं ते साफी गल करन दे कि प्रैक्टिस कर लिया पर रोना भी है सवेरे गाना नहीं गाना नहीं मैं ते थोड़ा यार रोवा टेक करी भावा कर कदों अच्छा मेरी बारी है हुण मैं प्रैक्टिस कर लवां फिर मैं ओ गाना ला के वीडियो भी पाउणी है ते रोना भी है केड़ा गाना ही यार यारा दे गहने यार बिछड़े यारा तो जिंदे में रुक जा होली बोल तू उधर होना ना सुठा दी गेनु केड़ा ही तू सारा गाना सुनाता तन्नू केदा यार बिछड़े यारा तो जिंदे मेरी पता नहीं किथे कदों कदों पता नहीं कदों मेल होने ओ नहीं करता ते फिर रोन दी प्रैक्टिस कर लिए नहीं नहीं रोना का तो भरा सदा चला खुशी खुशी भेजा ने उनु या पर होवे उन ने बिचारे ने होत रहा है पर मेरे एक ही उदम एक ही टट्टी निकल जानी हड्डी झटका तो लगना वैसे यार
ਸਹੀ ਗੱਲ ਆ ਮੈਂ ਆਪਾਂ 3 ਇਡੀਅਟਸ ਸੀਗੇ ਸਹੀ ਗੱਲ ਆ ਸਾਡੇ ਇੱਕ ਵਾਰੀ ਝਟਕਾ ਲੱਗਣਾ ਕਿੱਦਾਂ ਯਾਰ ਇਹਨੂੰ ਤੋੜ ਦਾਂਗੇ ਆਪਾਂ ਉਹ ਸ਼ਹਿਰ 'ਚ ਜਾਣਾ ਜਿਹੜੇ ਸ਼ਹਿਰ ਦਾ ਤਾਂ ਪਤਾ ਵੀ ਹੈ ਨਹੀਂ ਲੋਕਾਂ ਨੂੰ ਆਪਾਂ ਹੁਣੇ ਦੇਖ ਕੇ ਹਟੇ ਹਾਂ ਸਹੀ ਗੱਲ ਹੁਣੇ ਅਲਬੀਨੀਆ ਬਾਰੇ ਸਰਚ ਕਰਕੇ ਹਟੇ ਕਹਿੰਦੇ ਕਿ ਕੁੜੀਆਂ ਬੜੀਆਂ ਸੋਹਣੀਆਂ ਉੱਥੇ ਉੱਦਾਂ ਪਰ ਉਹ ਕੰਟਰੀ ਪਰ ਰਾਜਾ ਸਾਡਾ ਹੈ ਨਹੀਂ ਨਾ ਕੁੜੀਆਂ ਵਾਲੇ ਲਾਈਏ ਥੋੜ੍ਹਾ ਜਿਹਾ ਉਹੀ ਤਾਂ ਗੱਲ ਆ ਬਾਕੀ ਪ੍ਰੈਕਟਿਸ ਕਰ ਲਈਏ ਰੋਣ ਦੀ ਥੋੜ੍ਹੀ ਜੀ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮੇਲ ਹੋਣਗੇ ਵੈ ਜੇ ਸੱਚੀ ਇਹ ਚੀਜ਼ ਨੂੰ ਸੋਚੀਏ ਨਾ ਆਪਾਂ ਤਾਂ ਗੱਲ ਬੜੀ ਸੀਰੀਅਸ ਆ ਤੇ ਬੜੀ ਡੂੰਘੀ ਆ ਕਿ ਅੱਜ ਦੇ ਵਿਛੜੇ ਪਤਾ ਨਹੀਂ ਮਿਲਣੇ ਵੀ ਆ ਕਿ ਨਹੀਂ ਕਦੋਂ ਛੱਡ ਤੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਸਾਰਿਆਂ ਦੇ ਰਸਤੇ ਵੱਖ ਆ ਰਾਜਾ ਵੱਖਰੇ ਤੁਰ ਪਿਆ ਮੈਂ ਵੱਖਰੇ ਚੱਲ ਜਾਣਾ ਤੂੰ ਵੱਖਰੇ ਦੇ ਚੱਲ ਜਾਣਾ ਠੀਕ ਹੈ ਤੇ ਪਰ ਵੱਖਰੇ ਵੱਖਰੇ ਦੇ ਚੱਲ ਜਾਣਾ ਸਾਰਿਆਂ ਨੇ ਮੈਂ ਕੋਸ਼ਿਸ਼ ਆ ਕਿ ਤੇਰੀ ਮੇਰੀ ਇੱਕ ਜਗ੍ਹਾ ਹੋਊਗੀ ਪਰ ਫਿਰ ਵੀ ਪਹਿਲਾਂ ਤਾਂ ਆਪਾਂ ਵੱਖ ਵੱਖ ਚੱਲ ਜਾਣਾ ਤੇ ਪਰ ਤੂੰ ਸੋਚ ਕੇ ਵੇਖ ਕਿ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਮੈਨੂੰ ਅੱਜ ਅਮਰਿੰਦਰ ਗਿੱਲ ਦੀ ਫਿਲਮ ਦਾ ਡਾਇਲੋਗ ਬੜਾ ਯਾਦ ਆਉਣ ਡਿਆ ਕਹਿੰਦਾ ਜਿਹੜੇ ਚਿਹਰੇ ਅਸੀਂ ਛੱਡ ਗਏ ਕੀ ਪਤਾ ਮੁੜ ਕੇ ਵੇਖਣੇ ਵੀ ਆ ਕਿ ਨਹੀਂ ਤਾਂ ਅੱਜ ਮੈਨੂੰ ਲੱਗਣ ਡਿਆ ਕਿ ਜਦੋਂ ਰਾਜ ਨੂੰ ਬੱਸ ਸਟੈਂਡ 'ਤੇ ਚੜਾਉਣਾ ਮੁੜ ਕੇ ਪਤਾ ਨਹੀਂ ਇੱਕ ਵਾਰੀ ਮੋਡ ਡਾਂਸ ਕਰਵਾ ਲਾਂਗੇ ਵਿਚਾਰੇ ਕੋਲੋਂ ਕੀ ਪਤਾ ਮੁੜ ਕੇ ਆ ਮੋਡ ਡਾਂਸ ਅਸੀਂ ਕਦੀ ਅੱਖਾਂ ਨਾਲ ਵੇਖਣਾ ਵੀ ਆ ਕਿ ਨਹੀਂ ਚੱਲ ਮੇਰਾ ਪੁੱਤ 2 ਦੀ ਆ ਜਦੋਂ ਉਹਨੂੰ ਜੇਲ੍ਹ ਹੋ ਜਾਂਦੀ ਹੈ ਤੂੰ ਕਹਿੰਦਾ ਤੁਸੀਂ ਜਦੋਂ ਚੋਰੀ ਦਾ ਨਾਲ ਆ ਦਿੰਦੇ ਤੇ ਨਿਊਜ਼ ਫੈਲ ਜਾਂਦੀ ਵੀਡੀਓ ਕਾਲ ਦੀ ਗੱਲ ਕਦੋਂ ਹੋਣ ਡੀ ਹੈ ਮਤਲਬ ਉਹ ਕਹਿੰਦਾ ਕਿ ਅਸੀਂ ਪਹਿਲਾਂ ਹੀ ਇੰਨੇ ਦੁਖੀ ਆ ਗਏ ਆ ਕਿ ਆਪਾਂ ਤਾਂ ਅੱਗੇ ਪਹਿਲਾਂ ਇੰਨੇ ਜਾਣੇ ਛੱਡ ਗਏ ਆ ਪਤਾ ਨਹੀਂ ਉਹ ਵੇਖਣੇ ਵੀ ਹੈਗੇ ਕਿ ਨਹੀਂ ਇਹ ਡਾਇਲੋਗ ਆ ਬਾਕੀ ਯਾਰ ਰਾਜੇ ਨੂੰ ਮਿਸ ਕਰਾਂਗੇ ਆਪਾਂ ਬਹੁਤ ਜ਼ਿਆਦਾ ਇਹ ਵਲੌਗ ਹੀ ਲੰਮਾ ਕਰਨੇ ਉਦਾਂ ਤਾਂ ਆਪਾਂ ਸਾਨੂੰ ਤਿੰਨਾਂ ਨੂੰ ਬੰਨੇ ਲਾਵੇ ਇਕੱਠਿਆਂ ਨੂੰ ਇੱਕ ਜਗ੍ਹਾ ਤੇ ਫਿਰ ਆਪਣਾ ਕਿਤੇ ਗੁਜ਼ਾਰਾ ਹੋਣਾ ਨਹੀਂ ਤਾਂ ਮੈਨੂੰ ਤਾਂ ਉਹ ਹੀ ਗਾਣਾ ਬੜਾ ਯਾਦ ਆਉਣ ਡਿਆ ਵਾ ਮੈਨੂੰ ਤੋਰਨ ਤੋਂ ਬਾਅਦ ਗਾਣਾ ਉਹ ਬੜਾ ਯਾਦ ਅਸੀਂ ਤਾਂ ਮੈਂ ਰਾਜਾ ਉਦਣ ਕੋਠੇ ਦੇ ਗਾਣਾ ਗਾਉਣ ਡੇ ਸੀ ਫੋਨ ਦੇ ਬੋਲ ਪੇਪਰ ਉੱਤੇ ਨੇ ਜੋ ਚਾਰ ਉਹੀ ਚਾਰ ਯਾਰ ਮੈਂ ਸੋਚ ਰਿਹਾ ਜਿਹੜੀ ਆਪਾਂ ਹੁਣੇ ਗੱਲ ਕਰਨ ਦੇ ਕਿਹੜੀ ਕਿ ਤੂੰ ਚੱਲ ਗਿਆ ਜਿੱਦਾਂ ਮੰਨ ਲਾ ਇਕੱਲਾ ਚੱਲ ਗਿਆ ਕਿਤੇ ਪਹਿਲਾਂ ਇਕੱਲਾ ਗਿਆ ਰਾਜੇ ਨਾਲ ਕੋਈ ਬੰਦਾ ਚੱਲਾ ਵਾ ਕਿ ਰਾਜੇ ਨਾਲ ਮੁੰਡਾ ਹੈਗਾ ਵਾ ਜੇ ਰਾਜੇ ਨੂੰ ਇਕੱਲਾ ਜਾਣਾ ਪੈ ਜਾਂਦਾ ਕਿਉਂਕਿ ਦੋ ਬੰਦੇ ਜਦੋਂ ਹੁੰਦੇ ਨਾ ਬੰਦੇ ਨੂੰ ਬੜਾ ਸਾਥ ਹੁੰਦਾ ਮੈਂ ਮੇਰਾ ਤੇ ਤੂੰ ਛੱਡ ਜੇ ਪਰ ਰਾਜੇ ਨਾਲ ਬੰਦਾ ਹੈਗਾ ਰਾਜੇ ਨਾਲ ਬੰਦਾ ਮੈਨੂੰ ਰਾਜੇ ਦਾ ਜਿਆਦਾ ਸੀ ਭਰਾਵਾ ਰਾਜੇ ਨਾਲ ਮੁੰਡਾ ਹੈਗਾ ਵਾ ਕਿ ਚੱਲ ਪਹੁੰਚ ਜਾਊਗਾ ਬਾਕੀ ਸਵੇਰੇ ਰਾਜੇ ਨਾਲ ਮਿਲਾਉਂਦੇ ਆ ਹਜੇ 2 ਵਜੇ ਆ 3-4 ਵਜੇ ਆਪਾਂ ਦੋ ਘੰਟੇ ਰਹਿ ਗਏ ਮਤਲਬ 2 ਘੰਟੇ ਤੱਕ ਫਿਰ ਮਾੜੇ ਨਹਾਉਣਾ ਤੇ ਕੀ ਆ ਤਿਆਰ ਹੋ ਜਾਈਏ ਤੇ ਫਿਰ ਰਾਜੇ ਨੂੰ ਟੇਕ ਆਫ ਕਰਨ ਜਾਣਾ ਵਾ ਇੰਡੋ ਕਨੇਡੀਅਨ ਪਰ ਮੇਰਾ ਸੱਚੀ ਮਨ ਮੈਂ ਜਿੰਨਾ ਹੱਸ ਕੇ ਦੱਸਣ ਡਿਆ ਇੰਨਾ ਮੈਂ ਖੁਸ਼ ਹੈ ਨਹੀਂ ਪਰ ਬੜਾ ਦੁੱਖ ਜਿਹਾ ਵਾ ਅੰਦਰੋਂ ਕਿ ਰਾਜਾ ਵਿਚਾਰਾ ਚੱਲ ਚੱਲਾ ਅੱਡੇ ਤੋਂ ਦੂਰ ਜ਼ਿਆਦਾ ਦੁੱਖ ਦੱਸਾਂ ਮੈਨੂੰ ਕਿਹੜੀ ਗੱਲ ਦਾ ਅਮਰੀਕਾ ਕੈਨੇਡਾ ਜਾਂਦਾ ਨਾ ਕਿਉਂਕਿ ਦੱਸਾਂ ਕੀ ਆ ਅਮਰੀਕਾ ਕੈਨੇਡਾ ਜਾਂਦਾ ਮੈਨੂੰ ਦੁੱਖ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਹੈ ਕਿ ਆਪਾਂ ਉਸ ਜਗ੍ਹਾ 'ਤੇ ਪਹੁੰਚ ਸਕਦੇ ਹਾਂ ਉਹਨੂੰ ਮਿਲ ਸਕਦੇ ਹਾਂ ਪਰ ਜਿਹੜੀ ਜਗ੍ਹਾ ਉਹ ਚੱਲਾ ਉਸ ਜਗ੍ਹਾ ਦਾ ਆਪਾਂ ਸੋਚਣੇ ਨਹੀਂ ਡੇ ਕਿ ਆਪਾਂ ਜਾਣਾ ਉੱਧਰਲੇ ਪਾਸੇ ਕਿਉਂਕਿ ਰਾਜੇ ਨੂੰ ਉੱਥੋਂ ਨਿਕਲਦੇ ਬੜਾ ਟਾਈਮ ਲੱਗਣਾ ਸਾਲ 2 ਸਾਲ ਉਹ ਨਿਕਲਦੇ ਲੱਗ ਜਾਣੇ ਅਤੇ ਸਾਲ 'ਤੇ ਟੱਟੀ ਨਿਕਲ ਜਾਣੀ ਅੱਡੀ ਚਲੋ ਦੇਖਦੇ ਹਾਂ ਬਾਕੀ ਸਵੇਰੇ ਵਲੌਗ ਬਣਾਵਾਂਗੇ ਹੁਣ 5 ਮਿੰਟ ਦਾ ਆਪਾਂ ਇੱਦਾਂ ਬਣਾਉਣਾ ਬਾਕੀ ਇਹ ਟੈਟੂ ਵੀ ਹੁਣ ਆਪਾਂ ਦੁਬਾਰਾ ਉਹ ਕਰਾਉਣ ਜਾਣਾ ਵਾ ਇੱਕ ਵਾਰੀ ਸਹੀ ਹੈ ਤਾਂ ਵੇਖੋ ਘੈਂਟ ਲੱਗਦਾ ਬਾਕੀ ਆਪਾਂ ਇੱਕ ਵਾਰੀ ਫੇਰ ਕਰਾਉਣਾ ਵਾ ਕੀ ਕਹਿੰਦੇ ਇਹਨੂੰ ਰੀ ਕੁਛ ਕਹਿੰਦੇ ਆ ਉਹ ਕਰਾਉਣਾ ਇਹਨੂੰ ਆਹ ਦੋਵੇਂ ਰੀਫਿਲ ਕਰਾਉਣਾ ਸੱਚ ਬਾਕੀ ਸਵੇਰੇ ਬਣਾਉਂਦੇ ਵਲੌਗ ਯਾਰ ਉੱਠ ਗਏ ਹੋ ਹਾਂਜੀ ਗਿੱਲ ਸਾਹਿਬ ਉੱਠ ਗਏ ਹੋ ਹਾਂਜੀ ਉੱਠ ਜਾਓ ਫਿਰ ਨਹੀਂ ਤੋਂ ਕਰ ਲਈਆਂ ਤਿਆਰੀ ਆ ਫਿਰ ਮੂੰਹ ਨਾਲ ਤੋਂ ਰੋਣਾ ਵੀ ਆ ਫਿਰ ਆਪਾਂ ਸਾਰਾ ਪਤਾ ਕਿੱਦਾਂ ਲੱਗੂਗਾ ਰੀਅਲ ਫਰੈਂਡ ਆਪਾਂ ਤੇਰੇ ਕਰਕੇ ਸੁੱਤੇ ਨੀ ਮੰਮਾ ਤੇਰੇ ਕਰਕੇ ਸੁੱਤੇ ਨੀ ਕਾਕਾ ਫਿਲਮ ਵੇਖੀ ਜਾਂਦੇ ਕਿ ਭਰਾ ਆਪਾਂ ਰੋਣਾ ਵੀ ਆ ਫਿਰ ਠੀਕ ਆ ਕਿੰਨੇ ਵਜੇ ਨਿਕਲਣਾ ਹਾਂ ਨਿਕਲ ਕੇ ਕਰਦੀ ਆਪਾਂ ਇੱਧਰ ਘਰੇ ਨੀ ਆਉਣਾ ਠੀਕ ਆ ਆਪਾਂ ਤੈਨੂੰ ਇੱਧਰੋਂ ਹੀ ਮਿਲਾਂਗੇ ਫਿਰ ਤੁਹਾਡੇ ਨਾਲ ਹੀ ਬਹਿ ਗੱਡੀ ਤੂੰ ਹੀ ਚਲਾਉਣੀ ਆ ਠੀਕ ਆ ਤੇ ਤੂੰ ਪਾਪਾ ਹੁਣ ਆਪਣੀ ਗੱਡੀ 'ਚ ਭੇਜ ਦੀ ਤੂੰ ਸਾਡੇ ਨਾਲ ਬਹਿ ਜਾਈ ਤਿੰਨੇ ਜਾਣੇ ਜਾਵਾਂਗੇ ਆਪਾਂ ਠੀਕ ਆ ਨਿਕਲਣਾ ਫੋਨ ਕਰਦੀ ਮੈਂ ਤੁਰਨ ਲੱਗਾ ਆਪਾਂ ਉਸੇ ਵੇਲੇ ਨਿਕਲ ਜਾਣਾ ਗੱਡੀ ਉਸ ਵੇਲੇ ਕੱਢ ਦਿਆਂ ਪਹਿਲਾਂ ਆਪਾਂ ਠੀਕ ਆ ਓਕੇ ਲਓ ਵੀ ਮੈਂ ਨਹੀਂ ਚੱਲਾ ਤੇ ਤਿਆਰੀ ਆ ਜੀ ਫੁੱਲ
ਰਾਜਾ ਤਿਆ ਉੱਠ ਗਿਆ ਵਾ ਆਪਾਂ ਉਹਦੇ ਫਿਲਮ ਵੇਖਣ ਡੇ ਸੀਗੇ ਤੇ ਹੁਣ ਬਸ ਤਿਆਰ ਹੋ ਕੇ ਫਿਰ ਰਾਜੇ ਨਾਲ ਹੀ ਮਿਲਦੇ ਤੁਹਾਨੂੰ ਤਿਆਰ ਹੋ ਗਿਆ ਡਾ ਕਹਿਣ ਨਹੀਂ ਮਤਲਬ ਬੂਤਾ ਰਾਜਾ ਆ ਗਿਆ ਵਾ ਤੇ ਅੱਗੇ ਸਾਰੀ ਫੈਮਿਲੀ ਉਹਦੀ ਗੱਡੀ ਚ ਬੈਠੇ ਆ ਮਾਸੜ ਮਾਸੀ ਤੇ ਰਾਜੇ ਦੀ ਮੰਮੀ ਡੈਡੀ ਚਲੋ ਵੀ ਗਿੱਲ ਸਾਹਿਬ ਰਣਵੀਰ ਸਿੰਘ ਗਿੱਲ ਜੀ ਅੱਜ ਮੇਰੀ ਤੇ ਰਾਜੇ ਦੀ ਤੇ ਮੁੜ ਕੇ ਪਤਾ ਨਹੀਂ ਹੁਣ ਆਪਾਂ ਕਿਹੜੀ ਕੰਟਰੀ 'ਚ ਰਾਈਡ ਲਵਾਂਗੇ ਅਤੇ ਰਾਜਾ ਚੱਲ ਚੱਲਾ ਫਿਰ ਚਾਹੇ ਕਿੱਦਾਂ ਲੱਗ ਰਿਹਾ ਸੜਕ ਦੇ ਉੱਤੇ ਅਤੇ ਇੱਕ ਵਾਰ ਫਿਰ ਇੱਕ ਵਾਰੀ ਲਾਸਟ ਵਾਰੀ ਫਿਰ ਹੋ ਜਾਏ ਰਾਜੇ ਕੁੱਤਾ ਹੈ ਤੂੰ ਕੁੱਤਾ ਤੂੰ ਕੁੱਤਾ ਤੂੰ ਇੱਕ ਨੰਬਰ ਕਾ ਤੂੰ ਕੁੱਤਾ ਬੁੱਢਾ ਕੁੱਤਾ ਤੂੰ ਇੱਕ ਸਾਲੇ ਸਾਲੇ ਤੂੰ ਇੱਕ ਕੁੱਤਾ ਸਾਲੇ ਇੱਕ ਵਾਰੀ ਮੈਂ ਕਹਾਂ ਹੋ ਜਾਵੇ ਫਿਰ ਹਨਾ ਇਹ ਚੀਜ਼ ਪਤਾ ਨਹੀਂ ਹੁਣ ਆਪਾਂ ਫਿਰ ਕਦੋਂ ਕਰਨੀ ਆ ਪਤਾ ਨੀ ਆਪਾਂ ਉਹਨੂੰ ਬਹੁਤੇ ਸਿਆਣੇ ਨੀ ਹੋ ਜਾਣਾ ਦੋ ਇਹਦੇ ਹੱਥ ਜਵਾਕ ਹੋਣੇ ਚਾਰ ਮੇਰੇ ਹੋਣੇ ਠੀਕ ਆ ਕੀ ਪਤਾ ਹੁੰਦਾ ਬੰਦੇ ਕਈਆਂ ਦੀ ਤੇ ਹਨਾ ਮੈਂ ਕਿਹਾ ਉਹਨੂੰ ਸਿਆਣੇ ਹੋ ਜਾਣਾ ਫਿਰ ਨਿਆਣੇ ਸੋਹਣੇ ਕਰਦੇ ਚੰਗੇ ਨੀ ਲੱਗਦੇ ਸੋ ਰੱਬ ਜਾਣੇ ਨਿਆਣੇ ਕਰਨਗੇ ਕੁੱਤਾ ਹੈ ਗਾਣਾ ਤੇ ਪਰ ਸਹੇਲੀ ਵਾਸਤੇ ਆ ਪਰ ਮੈਨੂੰ ਅੱਜ ਰਾਜੇ ਦੀ ਯਾਦ ਆਉਣ ਡਿਆ ਰੱਬ ਜਾਣੇ ਮੈਂ ਨਾ ਜਾਣਾ ਫੇਰ ਕਦ ਹੋਣਗੀਆਂ ਮੁਲਾਕਾਤਾਂ ਇਹ ਹੁਣ ਬਾਬਾ ਨਾਨਕ ਜਾਣਦਾ ਕਿ ਅਸੀਂ ਕਿੱਥੇ ਕਿਹੜੇ ਮੋੜ ਤੇ ਮਿਲਾਂਗੇ ਅਸੀਂ ਚੌਂਕ ਵੇਖ ਲਿਆ ਕਰੀ ਤੂੰ ਆਪਣਾ ਏਦਾਂ ਹੁਣ ਇੱਥੇ ਸ਼ੁਰੂ ਕਰ ਲਿਆ ਜਿੱਥੇ ਪਹਿਲੀ ਵਾਰ ਮਿਲੇ ਸੀ ਯਾਦ ਆਉਓ ਥਾਂ ਤੈਨੂੰ ਜਿਸ ਉੱਤੇ ਸਿਰ ਧਰ ਸੌਂਦੀ ਨਹੀਂ ਜਿਸ ਕੋਠੇ ਤੇ ਮੇਰੇ ਸੇ ਨਾ ਭੁੱਲਣੀ ਉਹ ਥਾਂ ਤੈਨੂੰ ਦੇ ਤੋੜਾ ਪਾਉਣ ਗੀਆਂ ਉਸ ਤੇ ਪਈ ਨੂੰ ਹਿਚਕੀਆਂ ਆਉਣ ਗੀਆਂ ਤੂੰ ਨੀ ਸਮਝ ਸਕਦਾ ਉਹ ਸੁੱਤੇ ਪਏ ਨੂੰ ਸਮਝ ਮੈਂ ਸਕਦਾ ਸਾਨੂੰ ਤੋੜਾ ਆਉਣ ਗੀਆਂ ਓਏ ਕੋਲ ਹੀ ਸਮਝਾ ਦੇਣਾ ਦੋਸਤ ਜੱਟਾਂ ਦੇ ਪੋਤੇ ਹਨਾ ਵੀ ਏਡੀ ਕਿਹੜੀ ਗੱਲ ਆ ਉਹ ਪੀਨੇ ਆ ਤੇ ਪੀਨੇ ਆ ਨੀ ਸ਼ੌਂਕ ਨਾ ਇੱਥੇ ਆਉਂਦਾ ਕੈਲੀ ਤੋਂ ਤੇ ਇੰਡੀਆ ਮੋਹਾਲੀ ਤੋਂ ਸਾਡੀਆਂ ਅੱਖਾਂ ਤੇ ਅੱਖਾਂ ਤੇ ਅੱਖਾਂ ਤੇ ਮੁਟਿਆ ਤੂੰ ਨੀ ਸਮਝ ਸਕਦਾ ਮੇਰਾ ਤੇ ਕ੍ਰਿਮੀਨਲ ਪਾਰਟਨਰ ਚੱਲ ਚੱਲਣਾ ਫਿਰ ਸਮਝੀ ਚੰਗਾ ਇਸ ਕੰਮ ਤੇ ਬਾਕੀ ਬਸ ਖੜੀ ਉੱਥੇ ਮੁੰਡਾ ਆ ਗਿਆ ਉੱਥੇ ਜਿਹੜੇ ਤੇਰੇ ਨਾਲ ਵਾਲੇ ਆਓ ਬਾਕੀ ਉੱਥੇ ਜਾ ਕੇ ਮਿਲਦੇ ਫਿਰ ਤੁਹਾਨੂੰ ਠੀਕ ਆ ਹੁਣ ਚਲਾ ਲਈਏ ਗੱਡੀ ਸੋ ਗੱਲ ਕਰਦੇ ਆ ਫਿਰ ਇੱਕ ਵਾਰੀ ਸ਼ੁਰੂ ਕਰ ਲਿਆ ਆਪਾਂ ਇਸ ਚੈਨਲ ਦੇ ਉੱਤੋਂ ਅੱਧੀ ਰੌਣਕ ਘੱਟ ਜਾਣੀ ਸਾਰਿਆਂ ਨੇ ਬਹੁਤ ਮਿਸ ਕਰਨਾ ਰਾਜੇ ਨੂੰ ਬਿਲਕੁਲ ਸਭ ਤੋਂ ਜ਼ਿਆਦਾ ਮਿਸ ਕਰਨਾ ਮੈਂ ਰਾਜੇ ਦਾ ਮੋਰ ਡਾਂਸ ਕਿਉਂਕਿ ਰਾਜਾ ਮੇਰੇ ਨਾਲ ਬਹੁਤ ਜਗ੍ਹਾ ਤੇ ਕਸੂਤਾ ਪਾਰਟਨਰ ਸੀਗਾ ਠੀਕ ਆ ਇੰਨਾ ਮਿਸ ਮੇਰੇ ਜਿੰਨਾ ਕੋਈ ਵੀ ਨਹੀਂ ਕਰ ਸਕਦਾ ਰਾਜੇ ਨੂੰ ਤੇ ਜਿੰਨਾ ਮੈਂ ਕਰਨਾ ਠੀਕ ਆ ਕਿ ਬਾਕੀ ਇਹ ਮੇਰੀ ਅਤੇ ਰਾਜੇ ਦੀਆਂ ਗੁਪਤ ਗੱਲਾਂ ਨੇ ਇਹ ਰਾਜ ਸਾਡੇ ਨਾਲ ਹੀ ਦਫ਼ਨ ਹੋ ਜਾਣੇ ਆ ਬਾਕੀ ਆਪਾਂ ਆਪਣੀਆਂ ਸਹੇਲੀਆਂ ਵੋਟੀਆਂ ਨੂੰ ਦੱਸਦੀਆਂ ਗੱਲ ਵੱਖਰੀ ਪਰ ਵੈਸੇ ਆ ਰਾਜ ਸਾਡੇ ਨਾਲ ਹੀ ਦਫ਼ਨ ਹੋ ਜਾਣੇ ਆ ਮੈਨੂੰ ਪਤਾ ਨਹੀਂ ਖੋਲ ਤੇ ਦਵਾਂਗੇ ਜਦੋਂ ਖੋਲ ਦਵਾਂਗੇ ਤੇ ਬਾਕੀ 3 ਇਡੀਅਟ ਸੀਗੇ 1 ਇਡੀਅਟ ਚੱਲ ਚੱਲਾ ਵਾ 2 ਇਡੀਅਟ ਆਪਾਂ ਰਹਿ ਗਏ ਇੱਥੇ ਹੁਣ ਚੈਨਲ ਦਾ ਨਾਮ ਉਹਦਾ 3 ਇਡੀਅਟ ਚਾਹੀਦਾ ਸੀਗਾ ਕਿਉਂਕਿ ਆਪਾਂ ਜਿੰਨੀ ਐਸ਼ ਕੀਤੀ ਨਾ ਇਸ ਸ਼ਹਿਰ 'ਚ ਸਹੀ ਗੱਲ ਕਾਲਜ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਤੇ ਰਾਜੇ ਨੇ ਸਾਪੀ ਨੇ ਜਿੰਨੀ ਐਸ਼ ਕੀਤੀ ਕੋਈ ਵੀ ਨਹੀਂ ਕਰ ਸਕਦਾ ਨਾ ਕਿਸੇ ਕੋ ਹੋਣੀ ਹੈ ਜੈਸੀ ਜੈਸੀ ਐਸ਼ ਆਪਾਂ ਕਰ ਛੜੀ ਹੈ ਨਾ ਸਹੀ ਗੱਲ ਕੀ ਤੁਹਾਨੂੰ ਦੱਸੀਏ ਤੁਹਾਡੀਆਂ ਯਾਦਾਂ ਹੀ ਬੜੀਆਂ ਐਸ਼ ਵਾਲੀ ਜਗ੍ਹਾ ਲੰਘ ਗਈ ਪਿੱਛੇ ਜਗ੍ਹਾ ਵੀ ਲੰਘੀ ਜਾਂਦੀਆਂ ਨਾਲ ਨਾਲ ਸ਼ਾਲੀਆਂ ਬਾਕੀ ਬਸ ਪਹੁੰਚ ਚੱਲੇ ਬਸ ਅੱਧੀਆਂ ਜਗ੍ਹਾ ਆਉਣ ਡਿਆ ਮਤਲਬ ਜਿੱਦਾਂ ਰਮਾਡਾ ਆ ਗਿਆ ਰੈਡੀਸਨ ਆ ਗਿਆ ਪਿੱਛੇ ਲੰਘ ਗਿਆ ਇੱਧਰ ਰਮਾਡਾ ਆਇਆ ਵਾ ਜੇ ਕਈ ਯਾਸ਼ੀ ਵਾਲੀਆਂ ਜਗ੍ਹਾ ਆਉਣ ਡਿਆ ਵਾ ਜੇ ਆ ਦੇਖੋ ਰਮਾਡਾ ਆ ਗਿਆ ਵਾ ਅੱਗੇ ਰੈਡੀਸਨ ਵੀ ਆ ਜਾਣਾ ਵਾ ਰੈਡੀਸਨ ਵਾਲੀ ਤਾਂ ਇਹ ਲੇਟੈਸਟ ਯਾਦ ਸੀ ਨਾ ਬਾਕੀ ਬਸ ਹੋਰ ਗੱਲ ਹੈ ਵਧੀਆ ਯਾਦਾਂ ਨਾ ਯਾਦ ਕਰਾਈਏ ਮੁੜ ਕੇ ਐਵੇਂ ਗੱਲਾਂ ਫਿਰ ਬਸ ਤੰਗ ਹੋਊਗਾ ਬਸ ਗੱਲਾਂ ਤੇ ਬਾਕੀ ਚਲੋ ਮੇਰੇ ਰਾਜੇ ਦੀ ਬਸ ਖੜੀ ਇੰਡੋ ਕੈਨੇਡੀਅਨ ਬਸ ਕੈਨੇਡਾ ਦੀ ਜਾਣੀ ਯੂਰਪ ਜਾਣੀ ਦਿੱਲੀ ਚਲੋ ਆਓ ਉਤਰੋ ਫਿਰ ਕੋਈ ਸਮਾਨ ਕੱਢ ਲਿਆ ਤੇ ਰਾਜੇ ਨੇ ਜੈਕ ਐ ਲਈ ਤੁਹਾਡੇ ਭਾਈ ਚ ਬਹੁਤ ਬਰਫ਼ ਪੈਂਦੀ ਹੁੰਦੀ
ਦੁਬਈ ਜਾਣਾ 12 ਘੰਟੇ ਉੱਥੇ ਲੱਗਣੇ ਆ ਐਡੀ ਨਾ ਜੈਕਟ ਕੱਢ ਤੂੰ ਇਤਨਾ ਕਰਾਲੇ ਜਾਂਦੇ ਜਾਂਦੇ ਹੁਣੀ ਰੋਣਾ ਉਦਾਂ ਹੀ ਬਾਹਰ ਰੱਖੀ ਭਾਰ ਅੱਛਾ ਸ਼ਾਹਰੁਖ ਖਾਨ ਵਾਲੀ ਜਾਂਦਾ ਜਾਂਦਾ ਸ਼ਾਹਰੁਖ ਖਾਨ ਬਣ ਡਿਆ ਉਹ ਵੀ ਬੱਸਾਂ ਲੱਗਣ ਡੀਆਂ ਚੱਲ ਚੰਗਾ ਪਤਾ ਓਕੇ ਓਕੇ ਭਾਈ ਆਇਆ ਚੱਲਾ ਵਾ ਜੀ ਬਾਏ ਬਾਏ ਟੇਕ ਆਫ ਹੋ ਗਿਆ ਸਮਾਨ ਇੱਥੇ ਭੁੱਲ ਗਿਆ ਖੋਤਾ ਗਿੱਲ ਸਾਹਿਬ ਬਹਿ ਗਏ ਨੇ ਆਪਣੀ ਜਗ੍ਹਾ ਤੇ ਅਸੀਂ ਦੋਵੇਂ ਇੱਥੋਂ ਖੜ ਕੇ ਟੀ ਆਫ ਕਰਨੇ ਆ ਬਾਏ ਕਰਦੇ ਹੋਰ ਕੀ ਕਰ ਸਕਦੇ ਆਪਾਂ ਗੱਡੀ ਚਲਾਉਣੀ ਪੈਣੀ ਹੁਣ ਜਾ ਕੇ ਗੱਡੀ ਚਲਾਉਣਾ ਤੂੰ ਵੀ ਖੋਤੇ ਆ ਯਾਰ ਤੂੰ ਗੱਡੀ ਚਲਾ ਵੀ ਉਧਰੋਂ ਕਰ ਲਿਆ ਵਲੋਗ ਸ਼ੁਰੂ ਰਾਜ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਅਦ ਜਦੋਂ ਚੈਨਲ ਬਣ ਜਾਏਗਾ ਅਜੇ ਉੱਥੇ ਜਾ ਕੇ ਬਣਾਊਗਾ ਵਲੋਗ ਸ਼ੁਰੂ ਕਰ ਲਿਆ ਉਹਨੇ ਉਹ ਜਾਂਦਾ ਕਿੱਲਾ ਪੂਰੇ ਵਾਲਾ ਦਾ ਮੁੰਡਾ ਬਾਏ ਬਾਏ ਹੋ ਗਈ ਆਖਰੀ ਸਾਡਾ ਆਖਰੀ ਸਫ਼ਰ ਅੱਜ ਖਤਮ ਹੋ ਗਿਆ ਇੱਥੇ ਮਤਲਬ ਇੱਥੇ ਮਿਲੇ ਅਤੇ ਬਾਕੀ ਮਿਲਾਂਗੇ ਕਿਸੇ ਨਵੇਂ ਸ਼ਹਿਰ 'ਚ ਨਵੇਂ ਮਾਹੌਲ 'ਚ ਨਵੇਂ ਸਮਾਨ ਨਾਲ ਚੀਜ਼ਾਂ ਨਾਲ ਦੁਨੀਆਂ ਨਾਲ ਕਾਫੀ ਦੇ ਕੋਲ ਲਓ ਵੀ ਚੱਲੇ ਹੁਣ ਆਪਾਂ ਘਰ ਵਾਪਸ ਅਤੇ ਡਰਾਈਵਰ ਸੀਟ 'ਤੇ ਆ ਕੇ ਕਿੱਦਾਂ ਲੱਗਦਾ ਡਰਾਈਵਰ ਸੀਟ 'ਤੇ ਹੁਣ ਮੈਨੂੰ ਖੁਦ ਨੂੰ ਗੱਡੀ ਚਲਾਉਣੀ ਪੈਣ ਡੀ ਰਾਜੇ ਨੂੰ ਬਹੁਤ ਜ਼ਿਆਦਾ ਮਿਸ ਯੂ ਰਾਜਾ ਚਲ ਗਿਆ ਹੁਣ ਅਤੇ ਘਰ ਜਾ ਕੇ ਫਿਰ ਸਵੇਰੇ ਵਲੋਗ ਬਣਾਵਾਂਗੇ ਹੁਣ ਤਾਂ ਆਪਾਂ ਸੌਂ ਜਾਣਾ ਵੀ ਸਵੇਰ ਹੀ ਹੈ ਸਵੇਰ ਹੋ ਗਈ ਬਾਹਰ ਦਿਨ ਚੜ ਗਿਆ ਵਾ ਅਤੇ ਵੇਖੋ ਹਨੇਰੇ ਹੋਏ ਆਏ ਸੀਗੇ ਦਿਨ ਚੜ ਗਿਆ ਵਾ ਟਾਈਮ 6 ਵੱਜ ਗਏ ਆ ਅਤੇ ਰਾਜੇ ਨੇ ਰਾਜ ਦੀ ਰਾਤੀ 10 ਵਜੇ ਦੀ ਫਲਾਈਟ ਆ ਅਤੇ ਮਤਲਬ ਪਹੁੰਚ ਜੂਗਾ ਕੱਲ੍ਹ ਪਰਸੋਂ ਤੱਕ ਫਿਰ ਵੀਡੀਓ ਕਾਲ ਕਰੂੰਗਾ ਬਾਕੀ ਰਾਜੇ ਨੇ ਵੀ ਪੂਰੀ ਕਰ ਲੈਣੀ ਕਮੀ ਪੇਸ਼ੀ ਉਹਨੇ ਵੀ ਚੈਨਲ ਨੂੰ ਕਹਿ ਦਿੱਤਾ ਉਹਨੇ ਬਣਾ ਲੈਣਾ ਹੁਣ ਕੰਮ ਮਰ ਪਓ ਭਾਜੀ ਥੋੜਾ ਜਿਹਾ ਮੇਰਾ ਦਿਲ ਕਰੇ ਰੋਈ ਜਾਵਾਂ ਜਦੋਂ ਮੈਂ ਮਾੜਾ ਜਿਹਾ ਰੋਇਆ ਨਾ ਤੇ ਰਾਜਾ ਭਰਾਵਾ ਰੋਣ ਲੱਗ ਪਿਆ ਆਵਾਜ਼ਾਂ ਦੇ ਨਾਲ ਨੀ ਜਿੱਦਾਂ ਰੋਈ ਦਾ ਆਪਾਂ ਏਦਾਂ ਕਰਨ ਲੱਗ ਪਿਆ ਭਰਾ ਮੇਰਾ ਹੋਰ ਰੋਣਾ ਕਢਾਤਾ ਉਹਨੇ ਫਿਰ ਮੇਰਾ ਤਾਂ ਦਿਲ ਕਰੇ ਕਿ ਅੱਜ ਫਿਰ ਰੋਣਾ ਕੱਢ ਹੀ ਦੇਵਾਂ ਸਾਰਾ ਪੁਰਾਣਾ ਹਿਸਾਬ ਕਿਤਾਬ ਅੱਜ ਪੂਰਾ ਕਰ ਹੀ ਲਵਾਂ ਦਿਲ ਕਰੇ ਰੋਵਾਂ ਕਿੱਧਰੋਂ ਜਾਈ ਉੱਪਰੋਂ ਕੇ ਥੱਲੋਂ ਤੇ ਫਿਰ ਫਿਰ ਮੈਂ ਕਿਹਾ ਚੱਲ ਨਹੀਂ ਯਾਰ ਮੇਰੀ ਮੰਮੀ ਖੜੀ ਰਾਜੇ ਦੀ ਫਿਰ ਉਹ ਵੀ ਜ਼ਿਆਦਾ ਰੋਣਗੇ ਆਪਾਂ ਕਹਿੰਦੇ ਹੌਸਲਾ ਰੱਖੋ ਮਿਲਾਂਗੇ ਇਸ ਜਹਾਂ ਨਹੀਂ ਤਾਂ ਉਸ ਜਹਾਂ ਸੈੱਟ ਹੋ ਜਾਏਗਾ ਬਾਕੀ ਘਰ ਜਾ ਕੇ ਵਲੌਗ ਬਣਾਵਾਂਗੇ ਅਤੇ ਬਾਏ ਬਾਏ ਸਵੇਰੇ ਉੱਠ ਕੇ ਹੋਰ ਤੋਂ ਬਾਏ ਉੱਠ ਕੇ ਸਵੇਰੇ ਬਣਾਵਾਂਗੇ ਲੋ ਵੀ ਆ ਗਏ ਹਾਂ ਘਰੇ ਅਤੇ ਹੁਣ ਬੜਾ ਇਕੱਲਾ ਇਕੱਲਾ ਜਿਹਾ ਲੱਗਣ ਡਿਆ ਮਤਲਬ
जज्बात समझाए जाने नहीं है। राजा ब्लॉग वेखन डे राजा बड़ा कला कला जहा लगन डा। बाकी चलो मिलेंगे छेती आप बनावांगे बाकी ब्लॉग हम लगे सौन नींद तो आनी नहीं पर लगी सौन ठीक है। सो मिलते हैं सवेरे बनावांगे ब्लॉग और शाम जा करा कोई तो तक चैनल सबसक्राइब करो यार ठीक है। तो सेफ जर्नी राजे तो राजा जो चैनल बनाऊगा भी सारे जने सबसक्राइब जरूर करो ठीक है। राजे का चैनल हजे उन्हें बनाया नहीं है मतलब हजे उन्हें हमने ही अज ही ब्लॉग शुरू किया वा तो अज ही मतलब जो जाने वाला ब्लॉग अज ही उन्हें शुरू किया रस्ते जी मैं ही शुरू किया ब्लॉग जो चैनल बनाऊगा राजन गिल के ना तो मैं किसी ब्लॉग से डिस्क्रिप्शन च लिंक दूंगा तो तीन सारे जने फॉलो कर लो सबसक्राइब कर दौ चैनल ठीक है। तो बस बाय गुड नाइट। शेरा चला वा रखना वा मामू आया है कल बीबी ने लाती ने सट क्योंकि हम बड़ा बड़ा हो गया वा मेरा टाइम नहीं लगता सामने का घर दे फांबिया नहीं जाता तो बीबी की फस गई लत संगली च तो बीबी डिग गई हाँ बैठे इतने राजे याद कर बड़ा होर तरह का फील हो कला कला जहाँ मेरे अस वाले राजा आ जाता होंगे पट्ठे लैन जाते होंगे अजे दिल्ली पहुंचा वा 8 बजे वो एंट्री होनी है तो 10 बजे जा जा मतलब कल पहुंचूगा जो ब्लॉग तुम देखना उदो उन्हें पहुंच जाना तो बुलेट अपने तुम्हें पता पिछले ब्लॉग एक देखा होना तुम एक टुट गई मैं तो राजा झूठा लैन गए तो कल चोरी चोरी बुलेट भी ठीक करा लिया दसिया भी नहीं मैनू हूँ मैंने पूछा मैं तू ठीक कराया कहता कल ठीक करा के लिया किक डिगी ही ना वह लॉक पवा लिया उन्हें स्प्रिंग पवा लिया हूँ पट्ठे लैन मैं फोन करना है कि राजा आया पट्ठे लैन चलीए तो राजा हूँ दिल्ली बैठा पहुँच जाना उन्हें बस फिर वीडियो कॉल तो तुम मिलावे तुम बुढ़ियों करो सफाई छेती छेती सारी रसोई साफ चाहिए मैं सारी रसोई साफ करनी है चको चको उधर जुत्ती ड्रैगन फल लगा बूटे ड्रैगन की लगा वा नमस्कार है बूटा वा कि बूटा हो गया ग्रीनरी हो गई यार उत्ते तारा वड्डनिया पैनिया वड्डा ज्यादा हो गया बूटा नहीं वड्डना तंगिया झलिया थोड़िया जी है ना कन्ना हाथ लगा दे फाइनली अज पहली बार आप अंदर जहाज देखा जहाज मिल गए सीट मिल गई हूं आप जावे ਅੱਥੋਂ ਜਾਣਾ ਵਾ ਦੁਬਈ ਦੁਬਈ ਤੋਂ ਟਰਾਂਟੋ ਦੁਬਈ ਤੋਂ ਅੱਗੇ ਟਰਾਂਟੋ ਤੇ ਜੁੜੇ ਰਵਾਂਗੇ ਤੁਹਾਡੇ ਨਾਲ ਜੁੜੇ ਰਵਾਂਗੇ ਤੁਹਾਡੇ ਨਾਲ ਹੁਣ ਆਪਾਂ ਉੱਡਣ ਲੱਗਾ ਜਹਾਜ਼ ਸ਼ੂਨ ਤੇ ਚਲੋ ਬਾਕੀ ਜਹਾਜ਼ ਨੂੰ ਜਾ ਕੇ ਮਿਲਦੇ ਹਾਂ ਬਾਬਾ ਮੇਰ ਰੱਖੇ ਬਾਬਾ ਮੇਰ ਰੱਖੇ ਵਾਹਿਗੁਰੂ ਜੀ ਕਿਰਪਾ ਬਖਸ਼ਿਓ ਜੀ ਤੇ ਨਾਲ ਇਹ ਰੋਸ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਰਹਿਣ ਦੇ ਰਹਿਣ चलो बाकी अगे जाके मिलते जो जो होगा तुम दस दें अगे।
चढ़ गया चल 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 लया नहीं हजे नहीं गया बोल नहीं अजे बड़ी लंबी सड़क है 2-3 किलोमीटर चलूगा चलो जी वाई फाई नहीं कनेक्ट होने तेरा कर दिने यार थके बहुत है सोई है कितने पहला इतने कितने यार डेरे लाइए हूँ आओ शेखा ने वाल लेना छो हम वाग बाबू हम बहर ही नहीं जान देना उन्हें भरावा वागब कि चलो कोई गल नी औखा सौखा कड लैने दिन फिर हम रात सारी मुड़के कल सवेरे 9:30 अगली फ्लाइट 5 घंटे अगे आ फिर अपना पहुंचना अपना अल्बेनिया पहुंचना फिर अपा उथे जाके करांगे अगले रेस्ट पूरी फिर 1-2 दिन फिर माहौल चाल देखांगे अगे बाकी दुबई एयरपोर्ट देख लो होर तो कुछ नहीं है हम हाँ हाँ सोना सोना ओ उधर मैगडी उधरले बन्ने ओ थे बन्ने मैगडी आ चल खा के आइए लो वीर अगो गलत जीत नहीं भेजी इनू नंबर वाली दोनों अच्छा लो वीर नु राजे नु फोन कर दे राजा ऑनलाइन देख दे राजा इस टाइम किथे आ दुबई एयरपोर्ट ते आ पर सिचुएशन देख दे एनकां लाईयां होणियां वड्डी वड्डी ਹੋਈ ਗੱਲ ਆ ਕਿੱਥੇ ਗੱਲਾਂ ਦਾ ਮੁੰਡਾ ਬੇਟਾ ਸਾਹਮਣੇ ਆਓ ਕੀ ਡਰ ਗਏ ਸ਼ਰਮਾ ਗਏ ਹੋ ਨੈਟ ਉਹਦਾ ਸੱਚ ਮਾੜਾ ਹੋਣਾ ਤੇਰਾ ਤਾਂ ਨਹੀਂ ਮਾੜਾ ਨਹੀਂ ਨਹੀਂ ਆਪਣਾ ਆਊਟ ਏਅਰਪੋਰਟ ਤੇ ਨੈਟ ਵੀ ਉਦਾਂ ਦਾ ਹੋਣਾ ਬੇਟੇ ਰਾਜਨ ਗਿੱਲ ਥੋੜਾ ਇਧਰ ਉਧਰ ਹਿੱਲ ਮੇਰਾ ਪੁੱਤ ਪੂਰੇ ਸਾਹ ਹਿੱਲ ਪੋ ਮਾੜਾ ਜਿਹਾ ਰਾਜਨ ਬਾਹਰ ਜਾ ਕੇ ਵੀ ਨੈਟ ਮਾੜੇ ਕੁੜੀ ਆ ਤੂੰ ਵੀ ਨਾ ਕਿਤੇ ਵਧੀਆ ਨੈਟ ਪਵਾ ਲੈ ਉੱਥੇ ਵੀ ਜੀਓ ਸਿਮਾਂ ਚਲਾਈ ਜਾਇਓ ਚੂਚੂ ਕੀਤਾ ਹੀ ਓਏ ਓ ਹੈਲੋ ਏ ਰਾਜਾ ਏ ਪੁੱਤ ਵੇ ਪੁੱਤ ਕਿੱਥੇ ਗਿਆ ਓ ਯਾਰ ਆਡੀਓ ਕਾਲ ਲਾ ਔਰ ਮੇਰੇ ਖਿਆਲ ਨਾਲ ਯਾਰ ਵਾਈਫਾਈ ਪਰ ਏਅਰਪੋਰਟ ਦਾ ਵਧੀਆ ਹੁੰਦਾ ਵਾ ਆਡੀਓ ਕਾਲ ਲਾ ਕੇ ਕੀ ਕਰਨਾ ਚੈੱਕ ਤੇ ਕਰ ਪਹਿਲਾਂ ਨੈਟ ਮੇਰਾ ਤੇ ਨਹੀਂ ਖਾਬ ਉਦੋਂ ਤੇ ਮੇਰਾ ਹੋਣੇ ਰਿੰਗ ਜਾਣ ਦੀ ਉਸੇ ਵੇਲੇ ਉਹਦੇ ਤੇ ਸਕਰੀਨ ਹੀ ਨਹੀਂ ਆਨ ਹੋਈ ਉਦੋਂ ਦੀ ਚੱਕ ਲੈ ਪੁੱਤ ਵੇ ਓ ਚੱਕ ਲਾ ਭਰਾਵਾ ਹੈਲੋ ਹੈਲੋ ਲੈ ਲੋ ਤੇ ਮੂੰਹ ਤੇਰੇ ਪੁੱਤ ਨੈਟ ਨਹੀਂ ਚੱਲਣ ਡਿਆ ਫੋਨ ਕੱਟ ਦਿੰਦਾ ਵਾ ਉਹਨੂੰ ਕਹਿ ਦੂਜੇ ਮੁੰਡੇ ਨੂੰ ਕਹਿ ਲਾ ਲੈ ਫੋਨ ਨੈਟ ਨਹੀਂ ਚੱਲਣਾ ਤੂੰ ਬਕਵਾਸ ਬੰਦ ਕਰੂੰਗਾ 5 ਮਿੰਟ ਤੱਕ ਮੈਂ ਨਹੀਂ ਕਰਾਂਗੇ ਕੋਈ ਅੱਛਾ ਮੇਰੀ ਵਾਜ ਨਾ ਟਾਵਰ ਕੁੱਟ ਜਾਂਦੇ ਕੋ ਅੱਛਾ ਸੱਚ ਅੱਛਾ ਹੋ ਭਰਾਵਾ ਦੁਬਈ ਨਹੀਂ ਆ ਹਾਂ WhatsApp ਨਹੀਂ ਚੱਲਦਾ ਉੱਥੇ ਨਹੀਂ ਹੋਏ ਪਾਗਲ ਸੌਰੀ ਉਹ ਕਿੰਨੀ ਕੁੜੀ ਓਏ ਆਹੋ ਕੋਈ ਕੁੜੀ ਨਹੀਂ ਓਏ ਆ ਅੰਨੇ ਦੋਨਾਂ ਲੋਕੀ ਸ਼ਰਮ ਕਰ ਥੋੜੀ ਬੋਤੀ ਸ਼ਰਮ ਕਰ ਕਿੱਡੀਆਂ ਤੂੰ 50 ਤੇ ਪਿੰਨੀ ਕਰ ਛੜੀਆਂ ਵਾ ਆਹੋ ਸੱਚ ਮੈਂ ਵੀ ਕਹਾਂ ਸਨੈਪਚੈਟ ਤੇ ਵੀ ਨਹੀਂ ਹੋਣੀ ਸ਼ਾਇਦ ਕਿਤੇ ਵੀ ਨਹੀਂ ਹੋਣੀ ਆਡੀਓ ਵੀਡੀਓ ਕਾਲ ਤੇ ਹੋਣੀ ਨਹੀਂ ਆਹੋ ਸੱਚ ਉੱਥੇ ਵੀਡੀਓ ਕਾਲ ਕਰ ਰਹਿਣ ਦੇ ਇੰਨਾ ਕੀ ਕਰਨਾ ਵਾ ਫੜਾ ਦੇ ਇੱਧਰ ਫੇ ਆਡੀਓ ਕਾਲ ਕਰਦੇ ਆਹੋ ਸੱਚ ਯਾਰ ਦੁਬਈ ਦੇ ਵਿੱਚ ਤੁਹਾਨੂੰ ਪਤਾ ਵਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੀ ਹੈ ਕਿ ਦੁਬਈ 'ਚ ਵੀਡੀਓ ਕਾਲ ਬੈਨ ਆ ਪ੍ਰੋਪਰ ਚੰਗੀ ਤਰ੍ਹਾਂ ਹਰ ਇੱਕ ਪਲੇਟਫਾਰਮ ਤੇ ਕਰ ਨਹੀਂ ਸਕਦੇ ਬੋਟਿੰਗ ਤਾਂ ਹੁੰਦੀ ਬੋਟਿੰਗ ਤੇ ਐਪ ਤਾਂ ਹੁੰਦੀ ਆ ਆਪਾਂ ਕੋਈ ਗਏ ਸੀ ਦੁਬਈ ਸਾਨੂੰ ਪਤਾ ਵਾ ਮੈਂ ਵੀ ਕਹਾਂ ਯਾਰ ਏਡਾ ਨੈੱਟ ਤੇ ਨਹੀਂ ਖਰਾਬ ਹੋ ਸਕਦਾ ਚਲੋ ਇੱਥੇ ਕਰ ਲੈ ਚੱਕਦਾ ਵਾ ਹੁਣ ਇੱਥੇ ਗੱਲ ਕਰਦੇ ਆ ਹੁਣ ਨੈੱਟ ਹੀ ਬੰਦ ਕਰ ਲੈਂਦੇ ਮੇਰੇ ਖਿਆਲ ਆਪਣੇ ਲੋ ਚਲਾ ਨੈੱਟ ਬੰਦ ਕਰਕੇ ਚੈੱਕ ਕਹਿੰਦਾ ਹੁਣ ਸਹੀ ਹੈ ਵਾਈਫਾਈ ਹੁਣ ਕਰ ਸਦਾਈ ਹੈ ਨੰਬਰ ਹੋਣ ਡਿਆ ਰਾਜੇ ਦਾ ਪਰ ਇਹ ਤਾਂ ਬੰਦ ਹੋ ਜਾਣਾ ਹਾਂਜੀ ਗਿੱਲ ਸਾਹਿਬ ਠੀਕ ਹੋ ਹੈਲੋ ਗਿੱਲ ਸਾਹਿਬ ਇੱਥੇ ਵੀ ਨਹੀਂ ਹੋਣੀ ਕਾਲ ਵੀ ਨਹੀਂ ਹੋਣੀ ਸੱਚ ਉਹ ਜਿੰਨਾ ਚਿਰ ਉਹ ਐਪਲੀਕੇਸ਼ਨ ਨਹੀਂ ਡਾਊਨਲੋਡ ਕਰਦਾ ਸਨੈਪਚੈਟ ਤੇ ਵੀ ਨਹੀਂ ਹੋਣੀ ਕਿਤੇ ਵੀ ਨਹੀਂ ਹੋਣੀ ਆਹੋ ਕਾਲ ਹੀ ਨਹੀਂ ਹੋਣੀ ਆਹੋ ਹੈਲੋ ਚੈਟਿੰਗ ਕਰ ਚਾ ਰਹਿਣ ਦੇ ਫਿਰ
ਤੋ ਬਾਬੇ ਸੱਚ ਯਾਦ ਆ ਗਿਆ ਮੈਂ ਉਹ ਨਹੀਂ ਭਰਿਆ ਹੁੰਦਾ ਸੀਗਾ ਕਾਲਿੰਗ ਵਾਸਤੇ ਹਰ ਵਾਰ ਭਰਨਾ ਪੈਂਦਾ ਸੀ ਹਾਂ ਹਰ ਵਾਰ ਉਹਨੂੰ ਲੋਗ ਲੈਣਾ ਪੈਂਦਾ ਕੀ ਲੋਗ ਲੈਣਾ ਯਾਰ ਕੀ ਜੀ ਲੈਣੀ ਪੈਂਦੀ ਹੁੰਦੀ ਉਹਦੇ ਵਾਸਤੇ ਉਹਨੇ ਏਅਰਪੋਰਟ ਤੋਂ ਅੰਦਰ ਕੀ ਕਿਉਂਕਿ ਯਾਰ ਦੋ ਨੰਬਰ ਦੇ ਕੰਮ ਹੈ ਇਹ ਅਫੀਸ਼ੀਅਲ ਤੋਂ ਏਅਰਪੋਰਟ ਤੋਂ ਖਰੀਦ ਨਹੀਂ ਸਕਦੇ ਸਾਨੂੰ ਕੀ ਦਾ ਪੈਕੇਜ ਖਰੀਦਣਾ ਪੈਂਦਾ ਉਹ ਚਾਬੀ ਜੀ ਲਾਉਣੀ ਪੈਂਦੀ ਹੈ ਮਤਲਬ ਇੱਦਾਂ ਨਹੀਂ ਫਿਜ਼ੀਕਲ ਨਹੀਂ ਨਾ ਕੋਡ ਹੁੰਦਾ ਭਰਨਾ ਪੈਂਦਾ ਹੈਕ ਕਰਨਾ ਪੈਂਦਾ ਨੈਟਵਰਕ ਫਿਰ ਆਪਾਂ ਕਾਲ ਕਰ ਸਕਦੇ ਗੱਲ ਹੋਣੀ ਹੈ ਰਾਜੇ ਪੁੱਤ ਨੇ ਮੈਨੂੰ ਭੇਜੀ ਹੈ ਬੋਲ ਬੋਲ ਕੇ ਬੋਲ ਕੇ ਭੇਜੀ ਹੈ ਡਬਈ ਚ ਬੈਨ ਆ ਹਰ ਇੱਕ ਤਰ੍ਹਾਂ ਦੀ ਕੋਲ ਸਾਨੂੰ ਹੁਣ ਯਾਦ ਆਇਆ ਸੌ ਜਾਓ ਆਰਾਮ ਨਾਲ ਸੌ ਜਾਓ ਚਲੋ ਫਿਰ ਆਪਾਂ ਵੀ ਸੌਣ ਲੱਗੇ ਆ ਸਵੇਰੇ ਵਲੌਗ ਕੰਟੀਨਿਊ ਕਰਾਂਗੇ ਰਾਜਾ ਕਲਿੱਪ ਭੇਜ ਦੂਗਾ ਤਾਂ ਐਡ ਕਰ ਦਾਂਗੇ ਮੈਂ ਪਹਿਲਾਂ ਵੀ ਐਡ ਕੀਤੀਆਂ ਵਾ ਅਤੇ ਫਿਰ ਸਵੇਰੇ ਵਲੌਗ ਨੂੰ ਐਂਡਿੰਗ ਕਰਾਂਗੇ ਇੱਕ ਵਾਰੀ ਪਹੁੰਚ ਜਾਵੇ ਅਤੇ ਫਿਰ ਕਰਦੇ ਐਂਡ ਤਾਂ ਫਿਰ ਕੱਲ੍ਹ ਹੀ ਵਲੌਗ ਪਾ ਦਾਂਗੇ ਹੈਲੋ ਬਾਬੇ ਗੁੱਡ ਮੋਰਨਿੰਗ ਸਾਰਿਆਂ ਨੂੰ ਅਤੇ ਗੁੱਡ ਮੋਰਨਿੰਗ ਕਾਦੀ ਭਰਾਵਾ ਔਖੇ ਹੋਏ ਪਏ ਹਾਂ ਆਹ ਕੁਰਸੀਆਂ ਜਿਹੀਆਂ ਤਾਂ ਬੜੀਆਂ ਵਧੀਆ ਜੀ ਵੈਸੇ ਲੱਭੀਆਂ ਸਾਨੂੰ ਇੱਥੇ ਡਬਈ 'ਚ ਅਤੇ ਇੱਥੇ ਲੰਮੇ ਪਏ ਹਾਂ ਆਹ ਸਾਡਾ ਚੀਨੀ ਭਾਈ ਵੀ ਪਿਆ ਵਾ ਅਤੇ ਅੱਗੇ ਵਾਧੂ ਜਾਣੇ ਪਏ ਆ ਅਤੇ ਹੋਰ ਫਿਰ ਇੱਕ ਤਾਂ ਪਤਾ ਨਹੀਂ ਕੀ ਗੱਲ ਵਾਈਫਾਈ ਕਨੈਕਟ ਚੰਗਾ ਭਲਾ ਨੈੱਟ ਚੱਲਣ ਡਿਆ ਵਾ ਅਤੇ ਕੀ ਕਹਿੰਦੇ ਗਗਨ ਹੁਣੀ ਕਾਲ ਕਰਨ ਡੇ ਸੀਗੇ ਅਤੇ ਕਾਲ ਚੁੱਕ ਲੈਂਦਾ ਪਰ ਆਵਾਜ਼ ਨਹੀਂ ਆਉਂਦੀ ਕੁਛ ਵੀ ਨਹੀਂ ਲੱਗਦੀ ਨਹੀਂ ਚੰਗੀ ਤਰ੍ਹਾਂ ਅਤੇ ਉਹ ਬਾਅਦ 'ਚੋਂ ਪਤਾ ਲੱਗਾ ਵੀ ਇੱਥੇ ਤਾਂ ਕਾਲ ਬੈਨ ਆ ਉਹਨਾਂ ਆਪ ਹੀ ਦੱਸਿਆ ਉਹਨਾਂ ਨੂੰ ਆਪ ਨੂੰ ਚੇਤਾ ਭੁੱਲਿਆ ਸੀਗਾ ਵੀ ਇੱਥੇ ਸੱਚ ਕਾਲ ਬੈਨ ਆ ਉਹਨਾਂ ਨੂੰ ਚੇਤਾ ਨਹੀਂ ਇੱਥੋਂ ਦੀ ਸਿੰਮ ਲੈਣੀ ਪੈਣੀ ਆ ਅਤੇ ਫਿਰ ਜਾ ਕੇ ਉਹਨਾਂ ਨਾਲ ਗੱਲ ਹੋਣੀ ਆ ਅਤੇ ਹੁਣ ਮੈਨੂੰ ਅੱਗੇ ਜਾ ਕੇ ਹੀ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ ਪਹੁੰਚ ਕੇ ਹੀ ਪੂਰਾ ਉੱਥੇ ਜਾ ਕੇ ਪਹੁੰਚ ਕੇ ਉੱਥੋਂ ਦੀ ਸਿੰਮ ਲਾਊਂਗਾ ਜਾਂ ਉੱਥੋਂ ਦੇ ਵਾਈਫਾਈ ਨਾਲ ਫਿਰ ਕਾਲ ਕਰੂੰਗਾ ਇੱਥੇ ਕਾਲ ਹੁੰਦੀ ਨਹੀਂ ਪਈ ਵਟਸਐਪ ਕਾਲ ਹੁੰਦੀ ਨਹੀਂ ਪਈ ਉਹ ਤਿੰਨ ਚਾਰ ਵਾਰ ਫੋਨ ਲਾ ਲਿਆ ਉਹਨਾਂ ਨੂੰ ਕਾਲ ਹੋ ਜਾਂਦਾ ਪਿੱਕ ਨਹੀਂ ਹੁੰਦੀ ਪਈ ਚੰਗੀ ਤਰ੍ਹਾਂ ਅਤੇ ਹੁਣ ਬਸ 5 ਵਜੇ ਫਿਰ ਬੋਰਡਿੰਗ ਸਟਾਰਟ ਹੋ ਜਾਣੀ ਹੈ ਇੱਥੋਂ ਅਤੇ ਆਪਣਾ ਅੱਗੇ 9:30 ਬਹਿਣਾ ਵਾ ਫਲਾਈਟ 'ਚ ਅੱਗੇ ਅਤੇ 5 ਘੰਟੇ ਅੱਗੇ ਲੱਗਣੇ ਆ ਫਿਰ ਅੱਗੇ ਜਾ ਕੇ ਪਹੁੰਚਾਂਗੇ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਫਿਰ ਅਤੇ ਉੱਥੇ ਜਾ ਕੇ ਲਵਾਂਗੇ ਸਿੰਮ ਫਿਰ ਅੱਗੇ ਜਾ ਕੇ ਕਰਾਂਗੇ ਗੱਲਬਾਤ ਬਾਕੀ ਹੋਰ ਉੱਥੇ ਹਾਂ ਚਲੋ ਕਾਫੀ ਪੀ ਲਈਏ ਅਤੇ ਮਿਲਦੇ ਹਾਂ ਤੁਹਾਨੂੰ ਚੰਗਾ ਜੀ ਹਾਂਜੀ ਤਾਂ ਬਾਬੇ ਵਲੌਗ ਫਿਰ ਜ਼ਿਆਦਾ ਵੱਡਾ ਹੋ ਜਾਣਾ ਵਾ ਰਾਜੇ ਦੀ ਮੈਂ ਕਲਿੱਪ ਐਡ ਕਰਤੀ ਆ ਅਤੇ ਵਿਚਾਰੇ ਸੌਂ ਗਏ ਸੀਗੇ ਅਤੇ ਹਜੇ ਆਪਣੇ ਇੱਥੇ ਵੱਜੇ ਆ 5 ਅਤੇ ਉੱਥੇ 3 ਘੰਟੇ ਪਿੱਛੇ 2:30 ਲਾ ਲਓ ਤੁਸੀਂ ਹਜੇ ਵੱਜੇ ਆ 2:30-3 ਵਜੇ ਉੱਥੇ ਵੀ ਅਤੇ ਰਾਜੇ ਨੇ ਉੱਥੋਂ ਤੁਰਨਾ ਪੂਰੇ 5 ਵਜੇ 5 ਵਜੇ ਕਹਿੰਦਾ ਸੀਗਾ ਹੈ ਨਾ ਹਾਂਜੀ 5 ਵਜੇ ਉੱਥੋਂ ਦੇ 5 ਵਜੇ ਸਾਡੇ 8:30 ਉੱਥੋਂ ਦੇ 5 ਰਾਜੇ ਨੇ ਡਬਈ ਦੇ 5 ਵਜੇ ਉੱਥੋਂ ਫਲਾਈਟ 'ਤੇ ਤੁਰਨਾ ਫਿਰ ਅਤੇ ਆਪਣੇ ਇੰਡੀਆ ਦੇ ਮਤਲਬ 2:30 ਵਜੇ ਕੱਲ੍ਹ ਰਾਜੇ ਨੇ ਪਹੁੰਚ ਜਾਣਾ ਵਾ ਅੱਜ ਤਰੀਕ ਕਿੰਨੀ ਆ 28 ਨੂੰ ਗਿਆ ਸੀ 29 ਤਰੀਕ ਨੂੰ ਉਹਨੇ 2 ਵਜੇ ਉਹਨੇ ਅਲਬੇਨੀਆ ਪਹੁੰਚ ਜਾਣਾ ਵਾ ਫਿਰ ਉੱਥੇ ਜਾ ਕੇ ਉਹਦੀ ਵਟਸਐਪ ਵੀ ਚੱਲ ਪੈਣੀ ਆ ਅਤੇ ਵੀਡੀਓ ਕਾਲ ਵੀ ਹੋਣ ਲੱਗ ਜਾਣੀ ਆ ਫਿਰ ਅਗਲੀਆਂ ਕਲਿੱਪਾਂ ਉੱਥੇ ਜਾ ਕੇ ਬਣਾ ਕੇ ਭੇਜ ਦੂਗਾ ਉਹ ਨਵੇਂ ਵਲੌਗ 'ਚ ਐਡ ਕਰ ਦਾਂਗੇ ਸੋ ਆਹ ਵਲੌਗ ਜ਼ਿਆਦਾ ਵੱਡਾ ਹੋ ਜਾਣਾ ਸੋ ਵਲੌਗ ਦੀ ਕਰਦੇ ਹਾਂ ਆਪਾਂ ਇੱਥੇ ਐਂਡਿੰਗ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਨਵੇਂ ਵਲੌਗ 'ਚ ਨਾਲੇ ਰਾਜਾ ਜਦੋਂ ਚੈਨਲ ਬਣਾ ਲੂਗਾ ਮੈਂ ਅਤੇ ਜਿਹੜੇ ਵਲੌਗ 'ਚ ਵੀ ਜਦੋਂ ਤੱਕ ਚੈਨਲ ਬਣਾ ਲੂਗਾ ਡਿਸਕ੍ਰਿਪਸ਼ਨ 'ਚ ਲਿੰਕ ਦੇ ਦੂੰਗਾ ਔਰ ਤੁਸੀਂ ਰਾਜੇ ਦਾ ਸਬਸਕ੍ਰਾਈਬ ਕਰ ਲਿਓ ਅਤੇ ਇੱਕ ਰਾਜੇ ਦਾ ਵਲੌਗ ਸੀ ਜਦੋਂ ਆਪਾਂ ਨੂੰ ਆਈਫੋਨ ਗਿਫਟ ਕੀਤਾ ਸੀ ਤਾਂ ਉਹਦੇ ਵਿੱਚ ਆਪਾਂ ਕਿਹਾ ਸੀ ਦੱਸਾਂਗੇ ਕਿਉਂ ਗਿਫਟ ਕੀਤਾ ਵਾ ਸੋ ਉਸ ਵਲੌਗ ਦਾ ਲਿੰਕ ਇੱਥੇ ਆਈ ਬਟਨ 'ਤੇ ਵੀ ਆਉਣ ਡਿਆ ਹੋਣਾ ਵਾ ਅਤੇ ਡਿਸਕ੍ਰਿਪਸ਼ਨ 'ਚ ਵੀ ਲਿੰਕ ਆ ਉਹਦੇ ਵਲੌਗ ਦਾ ਜਿਹਨੇ ਨਹੀਂ ਦੇਖਿਆ ਉਹ ਦੇਖ ਲਿਓ ਫਿਰ ਤੁਹਾਨੂੰ ਪਤਾ ਲੱਗ ਜੂ ਉਹ ਵਲੌਗ ਦਾ ਲਿੰਕ ਇਹਦੇ ਨਾਲ ਸੀਗਾ ਜਾਂ ਵੀ ਕਿਉਂਕਿ ਉਦੋਂ ਦਾ ਪਤਾ ਲੱਗ ਗਿਆ ਸੀ ਕਿ ਰਾਜੇ ਦਾ ਵੀਜ਼ਾ ਆਇਆ ਦੱਸਿਆ ਲੇਟ ਠੀਕ ਆ ਸੋ ਸਾਰੇ ਜਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਨਵੇਂ ਵਲੌਗ 'ਚ ਬਾਏ ਬਾਏ ਟੇਕ ਕੇਅਰ